ਕਰਨੇ ਆ ਸਰਦਾਰ ਮੱਖਣ ਸਿੰਘ ਜੀ ਫੌਜੀ ਡੀ ਕੇ ਮਾਜਰਾ ਉਹਨਾਂ ਵੱਲੋਂ ਵੀ ਉਹਨਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਖੁੱਲ੍ਹੇ ਸੱਦਿਆ ਹੈ 5 ਸਤੰਬਰ ਜਿਹੜਾ ਗੀਕੇ ਮਾਜਰੇ ਦਾ ਕੁਸ਼ਤੀ ਦੰਗਲ ਹੈ ਬਾਬਾ ਗੁਸਾਈਆਣਾ ਸਾਹਿਬ ਉਹਨਾਂ ਦੀ ਯਾਦ ਵਿੱਚ ਵੱਡਾ ਦੰਗਲ ਹੈ ਗੀਕੇ ਮਾਜਰੇ ਦੀ ਧਰਤੀ 5 ਸਤੰਬਰ ਜਿੱਥੇ ਰੋਜੀ ਪਹਿਲਵਾਨ ਕਪੂਰਥਲਾ ਤੇ ਬਿਨੀਆ ਪਹਿਲਵਾਨ ਜੰਮੂ ਜਿਹੜੇ ਚੇਤੇਦਰ ਦੇ ਪੁੱਜਣੇ ਆ ਹੋਰ ਵੀ ਚੋਟੀ ਦੇ ਮੱਲ ਪੁੱਜਣੇ ਆ 5 ਸਤੰਬਰ ਵੀ ਨੋਟ ਕਰੋ ਪਰ ਚੱਲਦੀ ਹੋਈ ਕੁਸ਼ਤੀ ਇੱਕ ਪਾਸੇ ਭੁਪਿੰਦਰ ਤੇ ਦੂਸਰੇ ਪਾਸੇ ਪਹਿਲਵਾਨ ਪ੍ਰਿਤਪਾਲ ਫਗਵਾੜਾ ਕਹਿੰਦਾ ਮਾਰੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਉਹ ਯਾਰ ਦਿਲਾਂ ਦੇ ਕੈਮ ਨੇ ਰੱਖੇ ਹੈਲੋ 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 ਇੱਕ ਮਿੰਟ ਜੀ ਬੇਨਤੀ ਆ ਕਮੈਂਟਰ ਸਾਹਿਬ ਸਾਰੀਆਂ ਸੰਗਤਾਂ ਧਿਆਨ ਦੇਣ ਸਾਡੇ ਬਹੁਤ ਹੀ ਸਤਿਕਾਰਯੋਗ ਅਮਰੀਕਾ ਨਿਵਾਸੀ ਸਰਦਾਰ ਪਰਵਿੰਦਰਪਾਲ ਸਿੰਘ ਜੀ ਰਠੌਰ USA ਵਾਲੇ ਪੀਟਰ ਜਿਨ੍ਹਾਂ ਨੂੰ ਪੀਟਰ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਸ਼ੇਰ ਸਿੰਘ ਜੀ ਚੌਹਾਨ ਜੋ ਵੱਡੇ ਟਰਾਂਸਪੋਰਟਰ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਬੇਨਤੀ ਕਿ ਉਹਨਾਂ ਦਾ ਬਣਦਾ ਮਾਣ ਸਤਿਕਾਰ ਕਰਨ ਰਠੌਰ ਜੀ ਲੈਣਗੇ ਅਤੇ ਬੇਨਤੀ ਆ ਕਿ ਕਰਨ ਰਠੌਰ ਜੀ ਨੂੰ ਕਿ ਉਹ ਪਰਵਿੰਦਰਪਾਲ ਸਿੰਘ ਜੀ ਰਠੌਰ USA ਸ਼ੇਰ ਸਿੰਘ ਚੌਹਾਨ ਦਾ ਬਣਦਾ ਮਾਣ ਸਤਿਕਾਰ ਲੈਣ ਦੀ ਕਿਰਪਾਲਤਾ ਕਰਨ ਆਓ ਜੀ ਕਰਨ ਰਠੌਰ ਸਾਹਿਬ ਆ ਜਾਓ ਉੱਪਰੇ ਲੋ ਪ੍ਰਧਾਨ ਜੀ ਤੋਂ ਹਾਂਜੀ ਆ ਜਾਓ ਔਰ ਇਹ ਦਰਸ਼ਕ ਵੀਰ ਤੇ ਪਹਿਲਵਾਨ ਜ਼ਰੂਰ ਨੋਟ ਕਰੇ ਗੁੱਗਾ ਮਾੜੀ ਤੇ ਕਰਨ ਰਠੌਰ ਜੀ ਦਾ ਸਨਮਾਨ ਪੀਟਰ ਰਠੌਰ ਤੇ ਸ਼ੇਰ ਸਿੰਘ ਚੌਹਾਨ ਜੀ ਵੱਲੋਂ ਬੋਲੇ ਸੋ ਨਿਹਾਲ ਬਾਈ ਨੋਟ ਕਰੋ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਗੁੱਗਾ ਮਾੜੀ ਤੇ ਗੁਰੂ ਕਾ ਲੰਗਰ ਜਿਹੜਾ ਦੁੱਟ ਵਰਤ ਰਿਹਾ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਸੰਗਤ ਨੂੰ ਵੀ ਨੋਟ ਕਰਿਓ ਪਰ ਉਧਰਲੇ ਪਾਸੇ ਕੁਸ਼ਤੀ ਵੱਡੀ ਜਦ ਹੋਈ ਸਮੇਂ ਦੀਆਂ ਬਾਤਾਂ ਪਰ ਜ਼ੋਰ ਪੂਰਾ ਲੱਗਿਆ ਹੋਇਆ ਪਹਿਲਵਾਨਾਂ ਦੇ ਦਰਮਿਆਨ ਕਹਿੰਦਾ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਉਹ ਯਾਰ ਦਿਲਾਂ ਦੇ ਕੈਮ ਨੇ ਰੱਖੇ ਕਿ ਮੁੜ ਇੰਜਣ ਬੰਨਣੇ ਪੈਂਦੇ ਜਦੋਂ ਗਰਾਰੀ ਅੜਦੀ ਹੈ ਉਹ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਹੈ ਕਿ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਹੈ ਲਓ ਸਮੇਂ ਦੀ ਬਾਤ ਕੌਣ ਜਿੱਤਦਾ ਕੌਣ ਹਰਦਾ ਇਹਨਾਂ ਪਹਿਲਵਾਨਾਂ ਦਰਮਿਆਨ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਕਲਯੁਗ ਵਿੱਚ ਬੰਦਾ ਚੱਟ ਹੋਣਾ ਚਾਹੀਦਾ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਗੱਲ ਆਮ ਮਹਿਲੀ ਵਾਲਿਆ ਹੁਣ ਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਉਹ ਮੀਣੀਆਂ ਦੀ ਆਟਾ ਬੱਲੇ ਟੱਕਰਾਂ ਹੀ ਹੁੰਦੀਆਂ ਉਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਲਓ ਇਸ ਸਮੇਂ ਚੋਟੀ ਦੇ ਮੱਲ ਮੈਦਾਨ ਦੇ ਵਿੱਚ ਜੱਦੋ ਜਹਿਦ ਕਰਦੇ ਆ ਔਰ ਉਧਰਲੇ ਪਾਸੇ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਜ਼ੋਰ ਲੱਗਿਆ ਹੋਇਆ ਕਹਿੰਦਾ ਜੇ ਆਉਂਦੀ ਨਹੀਂ ਨਹਾਉਣੀ ਨਾ ਲਾਇਓ ਕਿਸੇ ਨਾਲ ਯਾਰੀ ਤਿੰਨੇ ਚੰਡੇ ਕੰਮ ਆਉਂਦੇ ਨੇ ਚੇਲਾ ਖੁਰਪਾ ਅਤੇ ਖਿਡਾਰੀ ਤਿੰਨੇ ਚੰਡੇ ਕੰਮ ਆਉਂਦੇ ਨੇ ਚੇਲਾ ਖੁਰਪਾ ਅਤੇ ਖਿਡਾਰੀ ਸਮੇਂ ਦੀ ਬਾਤ ਕੌਣ ਜਿੱਤਦਾ ਕੌਣ ਹਰਦਾ ਕੱਲ ਨੂੰ 1 ਤਰੀਕ ਖੰਡੂਪੁਰ ਦਾ ਵੱਡਾ ਕੁਸ਼ਤੀ ਦੰਗਲ ਹੈ ਸਰਜੀਤ ਸਿੰਘ ਜੀ ਖੰਡੂਪੁਰ ਵਾਲੇ USA ਵਾਲੇ ਖੁੱਲੇ ਸੱਦੇ ਦਿੰਦੇ ਆ ਪਹਿਲਵਾਨ ਜੱਸਾ ਪੱਟੀ ਵਜੇਗਾ ਪ੍ਰਿਤਪਾਲ ਫੁਗਵਾੜਾ ਉਮੇਸ਼ ਮਥਰਾ ਕਮਲਜੀਤ ਡੂਮਛੜੀ ਵਿਜੇ ਬਾਬਰ ਤੇ ਸੰਜੇ ਦਿੱਲੀ ਇਹ ਮੱਲ ਪੁੱਜਣੇ ਆ ਇਹ ਨੋਟ ਕਰਿਓ ਸਹੀ 3 ਵਜੇ ਦੰਗਲ ਸ਼ੁਰੂ ਹੋ ਜਾਣਾ ਖੰਡੂਪੁਰ ਦੀ ਧਰਤੀ ਇਹ ਜ਼ਰੂਰ ਨੋਟ ਕਰਿਓ ਸਮੇਂ ਦੀ ਬਾਤ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਪਹਿਲਵਾਨਾਂ ਦਰਮਿਆਨ ਇਹਨਾਂ ਨੌਜਵਾਨਾਂ ਦਰਮਿਆਨ ਵਾਹ ਬਈ ਵਾਹ
ਕਹਿੰਦਾ ਮੌਲਿਆਂ ਦੇ ਕੋਲੋਂ ਅੜੇ ਗੱਡੇ ਕੱਢੇ ਜਾਂਦੇ ਨਾ, ਉਹ ਸੁੱਖੀ ਲੋਕੋ ਵਾਦੀਆਂ 'ਚ ਲੱਕੇ ਛੱਡੇ ਜਾਂਦੇ ਨਾ, ਵੱਡੇ ਵੱਡੇ ਮੱਲ ਵਿਰਲੇ ਹੀ ਬਣਦੇ, ਸੌਖੇ ਹੁੰਦੇ ਨੀ ਦਲੇਰ ਪੁੱਤ ਢਾਉਣੇ ਲੋਕੋ ਵਾਲਿਆ, ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ, ਔਖੇ ਗੋਬਰੇ ਪਟਾਰੀ ਵਿੱਚ ਪਾਉਣੇ ਲੋਕੋ ਵਾਲਿਆ, ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ। ਪਵਨ ਸਾਊਂਡ ਵਾਲੇ ਦਾ ਸਨਮਾਨ ਕਰਨਗੇ ਪ੍ਰਧਾਨ ਜੀ, ਪਵਨ ਸਾਊਂਡ ਵਾਲੇ ਮਾਸਟਰ ਸਾਊਂਡ ਨਾਲ ਮਾਸਟਰ ਬੈਠਾ ਬਈ, ਕਹਿੰਦਾ ਮਾਸਟਰ ਸਾਊਂਡ ਕਹੋ ਉਧਰ, ਹਲੇ ਮਾਸਟਰ ਦਾ ਨਾਂ ਚੱਲਣਾ, ਲੰਗਰ ਜਿਹੜਾ ਗੁਰੂ ਦਾ ਸਾਊਂਡ ਨਾਲ ਅਟੁੱਟ ਵਰਤ ਰਿਹਾ, ਇਹ ਸਾਡੇ ਚੇਲਿਆਂ ਵੱਲੋਂ ਬੇਨਤੀ ਹੈ, ਸਾਰੀ ਸੰਗਤ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ ਜੀ, ਜ਼ਰੂਰ ਨੋਟ ਕਰਿਓ, ਬਹੁਤ ਵਧੀਆ ਮੰਨ ਲਿਓ ਤਾਂ ਇਸ ਸਮੇਂ ਚੱਲਦੀ ਸੀ ਕੁਸ਼ਤੀ ਦਾ, ਸਮੇਂ ਦੀਆਂ ਬਾਤਾਂ, ਕੌਣ ਜਿੱਤਦਾ ਕੌਣ ਹਰਦਾ, ਕਹਿੰਦਾ ਕਰਨ ਤਪੱਸਿਆ ਪੁੱਤਲੀ ਮਾਪੇ, ਫਿਰ ਮਿਹਰ ਖੁਦਾ ਦੀ ਹੁੰਦੀ ਏ, ਚਾਮਾ ਦੇ ਨਾਲ ਪਾਲਣ ਪੁੱਤ ਨੂੰ ਫੇਰ ਝੰਡੀ ਜਿੱਤ ਹੁੰਦੀ ਏ, ਗਿਆਨਵਾਨ ਦੀ ਸੰਗਤ ਚੰਗੀ ਤਾਰ ਦੇਵੇ ਵਿਦਵਾਨਾਂ ਨੂੰ, ਖਾਣ ਪੀਣ ਤੇ ਮਿਹਨਤ ਵੱਡੀ ਚਾਹੀ ਦੀ ਭਲਵਾਨਾਂ ਨੂੰ, ਚੰਡਿਆ ਜੋ ਉਸਤਾਦ ਕਿਸੇ ਦਾ ਪਾਵੇ ਵਕਤ ਤੂਫਾਨਾਂ ਨੂੰ, ਅਮਨ ਗੌਲ ਵੀ ਕਰੇ ਸਲਾਮਾਂ ਝੁੱਕ ਝੁੱਕ ਕੇ ਭਲਵਾਨਾਂ ਨੂੰ। ਪੰਜ ਮਿੰਟ ਦਾ ਸਮਾਂ ਭਲਾਂ ਜੀ ਖੁੱਲਾ ਦਿੱਤਾ ਜਾ ਰਿਹਾ ਹੈ, ਤੇ ਕੁਸ਼ਤੀ ਕਹਿੰਦੇ ਆਰ ਪਾਰ ਦੀ ਕਰੋ, ਸਾਡੇ ਪ੍ਰਧਾਨ ਜੀ ਉਹਨਾਂ ਵੱਲੋਂ ਬੇਨਤੀ ਹੈ, ਪੰਜ ਮਿੰਟ ਦਾ ਤੁਹਾਨੂੰ ਸਮਾਂ ਦਿੱਤਾ ਜਾ ਰਿਹਾ ਹੈ, ਔਰ ਕੁਸ਼ਤੀ ਕਹਿੰਦੇ ਆਰ ਪਾਰ ਦੀ। ਇੱਕ ਹੋਰ ਜ਼ਰੂਰੀ ਅਨਾਊਂਸਮੈਂਟ ਸਾਡੇ ਅਨਾਊਂਸਰ ਸਾਹਿਬ, ਇੱਕ ਮਿੰਟ, ਇੱਕ ਹੋਰ ਜ਼ਰੂਰੀ ਅਨਾਊਂਸਮੈਂਟ ਜੀ, ਜੇਕਰ ਭੁਪਿੰਦਰ ਅਜਨਾਲਾ ਜੀ ਜੇਤੂ ਰਹਿੰਦੇ ਹਨ ਤਾਂ ਉਹਨਾਂ ਨੂੰ ਭੁਪਿੰਦਰ ਪਾਲ ਜਾੜਲਾ ਜੀ ਭਲਵਾਨ 11,000 ਆਪਣੇ ਵੱਲੋਂ ਵਿਸ਼ੇਸ਼ ਇਨਾਮ ਦੇਣਗੇ। ਵਾਹ ਵੀ ਵਾਹ, ਨੋਟ ਕਰਿਓ, ਪਹਿਲਵਾਨ ਭੁਪਿੰਦਰ ਪਾਲ, ਪਹਿਲਵਾਨ ਜੀ ਜਾੜਲਾ, ਕੀ ਆ ਗਿਆ ਬਾਬਾ, ਆ ਗਿਆ ਬਾਬਾ ਦੰਗਲ ਦੇ ਵਿੱਚ, ਕੋਈ ਨੀ ਕੋਈ ਨੀ ਵੀਰੇ, ਕੋਈ ਨਾ ਘਬਰਾਓ ਨਾ, ਹਾਂ ਦੰਗਲ ਤੁਹਾਡਾ ਹੋ ਗਿਆ ਸਫਲਾ, ਪਰ ਫਿਰ ਵੀ ਬਚਾ ਕੇ, ਪੀਟਰ USA ਨਾਲ ਵੱਲੋਂ 5,100 ਹੈ, ਜਿਹੜਾ ਮੱਲ ਜਿੱਤੇਗਾ ਕੁਸ਼ਤੀ ਦੇ ਵਿੱਚੋਂ, ਬਹਿ ਜਾਓ ਵੀਰੇ ਬਹਿ ਜਾਓ, ਸਾਰਿਆਂ ਨੂੰ ਲੰਘ ਗਿਆ ਬਸ ਸਾਈਡ ਤੋਂ, ਬੈਠ ਜਾਓ ਬੈਠ ਜਾਓ, ਨੰਬਰਦਾਰ ਜੋਗਿੰਦਰ ਸਿੰਘ ਜੀ ਅਤੇ ਸਤਪਾਲ ਸਿੰਘ ਮਿੰਟੂ ਜੀ ਆਪਣਾ ਸਨਮਾਨ ਪ੍ਰਾਪਤ ਕਰਨ ਪ੍ਰਧਾਨ ਜੀ ਕੋਲੋਂ, ਠੀਕ ਹੈ ਜੀ, ਨੰਬਰਦਾਰ ਜੀ ਆ ਜਾਓ ਅੱਗੇ, ਅਸੀਂ ਬਹੁਤ ਅਨਾਊਂਸ ਕੀਤਾ ਤੁਹਾਡਾ ਨਾਂ, ਨੰਬਰਦਾਰ ਜੀ ਉੱਤੇ ਹੋ ਜਾਓ, ਪ੍ਰਧਾਨ ਜੀ, ਪ੍ਰਧਾਨ ਜੀ ਥੱਲੇ ਆ ਗਏ ਤੁਹਾਡੇ ਵਿਸ਼ੇਸ਼ ਸਨਮਾਨ ਲਈ, ਹਾਂਜੀ ਆ ਜਾਓ ਨੰਬਰਦਾਰ ਜੀ, ਸਤਪਾਲ ਜੀ ਮਿੰਟੂ ਸਾਹਿਬ, ਨਹੀਂ ਨਹੀਂ ਸਾਂਝਾ ਸਾਂਝਾ ਕਿਉਂ, ਸੁੱਕੇ ਆ ਜਾਂਦਾ,
ਸਤਪਾਲ ਸਿੰਘ ਜੀ ਮਿੰਟੂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਫੋਟੋ ਲਾ ਲਓ ਚੰਗੀ ਤਰ੍ਹਾਂ। ਸਰਦਾਰ ਜਗਰੂਪ ਸਿੰਘ ਜੀ, ਸੋਰੀ ਸਰਦਾਰ ਜਗਰੂਪ ਸਿੰਘ ਜੀ ਕੈਨੇਡਾ ਵਾਲੇ ਹੈਲੋ, ਉਹ ਆਪਣਾ ਸਨਮਾਨ ਪ੍ਰਾਪਤ ਕਰਨ ਪ੍ਰਧਾਨ ਜੀ ਤੋਂ। ਕਮੇਟੀ ਮੈਂਬਰਾਂ ਨੇ ਇੱਕ ਵਾਰ ਜਗਰੂਪ ਸਿੰਘ ਜੀ ਓਨਲੀ ਕਮੇਟੀ ਮੈਂਬਰ ਬੇਨਤੀ ਹੈ ਕਿ ਫੈਸਲਾ ਲੈਣਾ ਜੀ ਕੋਈ। ਅਖਾਦਾਰ ਜਗਰੂਪ ਸਿੰਘ ਜੀ ਕੈਨੇਡਾ ਵਾਲੇ ਮਾਸਟਰ ਜੀ, ਸਾਰੀ ਕਮੇਟੀ ਗਰਾਊਂਡ 'ਚ ਆਓ ਇੱਕ ਵਾਰੀ ਭਾਜੀ। ਕਮੇਟੀ ਮੈਂਬਰ ਜਲਦੀ ਤੋਂ ਜਲਦੀ ਪਹੁੰਚਣ ਜੀ। ਮੱਖਣ ਖਜ਼ਾਨਚੀ, ਸਤਨਾਮ ਸਿੰਘ ਖਜ਼ਾਨਚੀ, ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪੰਡਾਲ ਦੇ ਵਿੱਚ ਪਹੁੰਚਣ ਤਾਂ ਕਿ ਕੋਈ ਵਿਸ਼ੇਸ਼ ਸਲਾਹ ਕੀਤੀ ਜਾ ਸਕੇ। ਅਖਾੜੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਹੈਲੋ ਹੈਲੋ ਪ੍ਰਧਾਨ ਜੀ, ਲਓ ਫੈਸਲਾ ਸ਼ੇਰੇ ਵੀਰ, ਪਲੀਜ਼ ਬੇਨਤੀ, ਜੋ ਵੀ ਤੁਹਾਡਾ ਫੈਸਲਾ ਪ੍ਰਵਾਨ ਕਹਿੰਦੇ ਠੰਡਾ ਹੋ ਰਿਹਾ। ਜੇਕਰ ਪ੍ਰਿਤਪਾਲ ਪਹਿਲਵਾਨ ਸਿੰਘ ਪਹਿਲਵਾਨ ਸਾਹਿਬ ਜਿੱਤਦੇ ਆ
ਤਾਂ ਉਹਨਾਂ ਨੂੰ ਸਤਪਾਲ ਸਿੰਘ ਜੀ ਮਿੰਟੂ ਅਤੇ ਨੰਬਰਦਾਰ ਜੋਗਿੰਦਰ ਸਿੰਘ ਜੀ ਵੱਲੋਂ ਹੈਲੋ ਭਾਈ 1500 ਰੁਪਏ 5 ਮਿੰਟ ਦਾ ਖੁੱਲ੍ਹਾ ਟਾਈਮ ਜਿਹੜਾ ਪਹਿਲਵਾਨਾਂ ਨੂੰ ਦਿੱਤਾ ਜਾ ਰਿਹਾ ਹੈ 1100 ਰੁਪਏ ਵਿਸ਼ੇਸ਼ ਇਨਾਮ ਦਿੱਤਾ ਜਾਊਗਾ 5 ਮਿੰਟ ਦਾ ਖੁੱਲ੍ਹਾ ਟਾਈਮ ਬਾਕੀ ਵੀਰਾਂ ਨੂੰ ਬੇਨਤੀ ਹੈ ਗਰਾਊਂਡ ਤੋਂ ਸਾਈਡ ਤੇ ਹੋ ਜਾਓ 5 ਮਿੰਟ ਦਾ ਪਹਿਲਾਂ ਖੁੱਲ੍ਹਾ ਟਾਈਮ ਹੈ ਕਮੇਟੀ ਵੱਲੋਂ ਜਿਹੜਾ ਦਿੱਤਾ ਗਿਆ ਵਾਹ ਬਾਈ ਵਾਹ ਬਾਈ ਦਰਸ਼ਕੋ ਫਿਰ ਤਾੜੀ ਤੂੜੀ ਲਾਓ ਮਨਾਂ ਲਈ ਜ਼ੋਰਦਾਰ ਇਹ ਜ਼ੋਰ ਜਿਹੜਾ ਮਨਾਂ ਮੂਹੀ ਲੱਗ ਗਿਆ ਪਹਿਲਵਾਨਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਇਹ ਸਮੇਂ ਦੀ ਬਾਤ ਹੋਣੀ ਹੈ ਕਿ ਮੂਹਰੇ ਖੜਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਠਿੱਬੀ ਲਾ ਕੇ ਡਿੱਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਵਾਕਈ ਜਿਗਰੇ ਵਾਲੀ ਖੇਡ ਮਾਖੇੜ ਕੁਸ਼ਤੀ ਦਾ ਮਹਾਂ ਮੁਕਾਬਲਾ ਆਰ ਸਮੇਂ ਦੀਆਂ ਬਾਤਾਂ ਕਿ ਮੁੱਲ ਪੈਣ ਸਰੀਰਾਂ ਦੇ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਧੰਨ ਜੋਰ ਜਵਾਨਾਂ ਦਾ ਲਜਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਉਹ ਯਾਰ ਕਰ ਹੀ ਜਾਂਦੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਵਾਹ ਬਈ ਵਾਹ ਬਹੁਤ ਵਧੀਆ ਮੰਨ ਲਈ ਚੱਲਦੀ ਕੁਸ਼ਤੀ ਦਾ ਉਧਰ ਸਾਡਾ ਵੀਰ ਮਿੰਟੂ ਫਾਈਨਾਂਸਰ ਉਹਦੇ ਵੱਲੋਂ ਮੇਰੇ ਲਈ 1000 ਰੁਪਏ ਦਾ ਮਾਨ ਸਮਾਨ ਜਿਹੜਾ ਪੁੱਜਦਾ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਫਾਈਨਾਂਸਰ ਸਾਡਾ ਵੀਰ ਵੱਡਾ ਮਾਨ ਸਮਾਨ ਨਾਲ ਪੰਜਾਬੀ ਬੋਲਿਆ ਲਈ ਪੁੱਜਦਾ ਕਰਿਆ ਬਹੁਤ ਬਹੁਤ ਧੰਨਵਾਦ ਹੈ ਲਓ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਿ ਕੁਸ਼ਤੀ ਨਾਲ ਇੱਕ ਕਿਸੇ ਵੀਰ ਦਾ ਫੋਨ ਡਿੱਗਿਆ ਜੇਕਰ ਮਿਲਦਾ ਤਾਂ ਪਲੀਜ਼ ਪ੍ਰਬੰਧਕ ਕੋਲ ਸ਼ੇਰੇ ਬਾਈ ਉਹਨਾਂ ਕੋਲ ਪੁੱਜਦਾ ਕਰ ਦਿਓ ਬਹੁਤ ਬਹੁਤ ਧੰਨਵਾਦ ਹੈ ਤਾਂ ਚੱਲਦੀ ਹੋਈ ਕੁਸ਼ਤੀ ਨੌਜਵਾਨਾਂ ਦਰਮਿਆਨ ਸਮੇਂ ਦੀ ਬਾਤ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਮੱਚੇ ਜੰਗਿਆੜਿਆਂ ਦਾ ਰਾਜੇ ਖੇਲੇ ਓਹੋ ਬੱਲੇ 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 ਵਾਹ ਬਈ ਵਾਹ ਯੁੱਧ ਹੋ ਗਿਆ ਯੁੱਧ ਜ਼ੋਰ ਲੱਗ ਗਿਆ ਪਹਿਲਵਾਨਾਂ ਦਾ ਸਮੇਂ ਦੀਆਂ ਬਾਤਾਂ ਨਹੀਂ ਰੀਸਾ ਆ ਸਮੇਂ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ ਪਹਿਲਵਾਨਾਂ ਦੇ ਦਰਮਿਆਨ ਕਹਿੰਦਾ ਜਦੋਂ ਜਦੋਂ ਵੀ ਮਾਮਾ ਦੀ ਗੱਲ ਹੁੰਦੀ ਔਰ ਜੇਕਰ ਜ਼ਰੂਰੀ ਹੁੰਦਾ ਯਾਰ ਕੁਸ਼ਤੀ ਤੇ ਪਹਿਲਵਾਨੀ ਦਾ ਉਂਝ ਤੇ ਪਤਾ ਹੈ ਸਭ ਦੇ ਯਾਰ ਜਵਾਨੀ ਆਉਂਦੀ ਹੈ ਪਰ ਟਾਵੇਂ ਟਾਵੇਂ ਗੱਭਰੂ ਪਾਉਂਦੇ ਮੁੱਲ ਜਵਾਨੀ ਦਾ ਕਿ ਡੰਡ ਬੈਠਕਾਂ ਲਾ ਕੇ ਜੁੱਸਾ ਲੋਹਾ ਕਰਨਾ ਪੈਂਦਾ ਏ ਆਹ ਮੰਜ਼ਲਾਂ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ ਕਿ ਮਿਹਨਤ ਦਾ ਮੁੱਲ ਕਰਲਗੜ ਵਾਲਿਆ ਪੈ ਜੂ ਲੱਖਾਂ ਚ ਪਹਿਲਾਂ ਵੇਖ ਸਮਝ ਕੇ ਸੋਨੂੰ ਅਸਲ ਮੁੱਲ ਜਵਾਨੀ ਦਾ ਪਹਿਲਾਂ ਵੇਖ ਸਮਝ ਕੇ ਸੋਨੂੰ ਅਸਲ ਮੁੱਲ ਜਵਾਨੀ ਦਾ ਇਸ ਸਮੇਂ ਪਹਿਲਵਾਨਾਂ ਦੇ ਦਰਮਿਆਨ ਕਹਿੰਦੀ ਇਹ ਮਨਾਂ ਮੂਹੀ ਜ਼ੋਰ ਲੱਗਦਾ ਹੋਇਆ ਜਾਣ ਲੱਗੀ ਹੋਈ ਕਹਿੰਦਾ ਮਾੜੀ ਗੱਲ ਤੇ ਸਰੀਰ ਗੁੱਸਾ ਇੰਜ ਫੜਦਾ ਉਹ ਚੰਗੇ ਰੋਡ ਤੇ ਸਪੀਡ ਜੋ ਫਰਾਰੀ ਫੜਦੀ ਕੰਮ ਕੁੰਮ ਮਿੱਤਰਾਂ ਦਾ ਕੋਈ ਨਾ ਅੜੇ ਜਿੱਥੇ ਅੜਦੀ ਹੈ ਯਾਰਾਂ ਦੀ ਗਰਾਰੀ ਅੜਦੀ ਉਹ ਕੰਮ ਕੁੰਮ ਮਿੱਤਰਾਂ ਦਾ ਕੋਈ ਨਾ ਅੜੇ
ਵਾਹ ਬਾਈ ਵਾਹ, ਲੈ ਪ੍ਰਿਤ ਪਾ ਲੈ ਫਗਵਾੜੇ ਵਾਲਾ ਉੱਪਰਲੇ ਪਾਸੇ ਆਰ ਨਿਚਲੇ ਪਾਸੇ ਭੁਪਿੰਦਰਾ ਘੁੰਮ ਕੇ ਅੰਕਲ ਜੀ ਤੁਸੀਂ ਮਾੜਾ ਲਾਈਵ ਵਾਲੇ ਤੋਂ ਲਾਈਵ ਤੋਂ ਵੀਰੇ ਪਰਲੇ ਪਾਸੇ ਰਹੋ ਯਾਰ, ਲਾਈਵ ਤੋਂ ਪਰਲੇ ਪਾਸੇ ਉਹ ਵਾਹ ਬਾਈ ਵਾਹ, ਨਹੀਂ ਓੜੀਸਾ ਨਹੀਂ ਓੜੀਸਾ, ਘੁੰਮ ਕੇ ਸ਼ੇਰੇ ਘੁੰਮ ਕੇ ਮੇਰਾ ਭਰਾ ਕਹਿੰਦਾ ਵੱਡੇ ਵੱਡੇ ਮਨ ਬੋਲ ਦਿੰਦੇ ਹਾਰੀਆਂ, ਉਹ ਜੋਰ ਜਦੋਂ ਲੱਗ ਜਾਣਾ ਵਿੱਤੋਂ ਮਾਰਦੇ ਉਦੋਂ ਤਾਂ ਹੀ ਆਉਂਦਾ ਨੀ ਸਵਾਦ ਲੋਕਾਂ ਨੂੰ, ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰਦੇ, ਉਹ ਕੀਤੀ ਹੋਈ ਕਮਿਟਮੈਂਟ ਖੁੱਲੇ ਟਾਈਮ ਦੀ ਆ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ, ਕਰਦਾ ਇਹ ਤੰਗ ਡੂਮ ਛੇੜੀ ਵਾਲਿਆ ਜਦੋਂ ਰੇਗਮਰ ਮੰਗੂ ਗੋਡਾ ਛਿੱਲੇ ਧੌਣ ਨੂੰ, ਉਹ ਜਦੋਂ ਰੇਗਮਰ ਮੰਗੂ ਗੋਡਾ ਛਿੱਲੇ ਧੌਣ ਨੂੰ, ਵਾਕਿਆ ਕੁਸ਼ਤੀ ਚੱਲਦੀ ਹੈ ਸਿਰੇ ਦੀ, ਵਾਹ ਵੀ ਵਾਹ ਇਹਦੀਆਂ ਬਾਤਾਂ ਬਹੁਤ ਵਧੀਆ ਮੱਲ ਜਿੱਦਾ, ਦੇਖਦੇ ਕੌਣ ਜਿੱਦਾ ਕੌਣ ਹਰਿਆ ਘੁੰਮ ਕੇ, ਸਤਨਾਮ ਜੀ ਘੁੰਮ ਕੇ ਘੁੰਮ ਕੇ ਘੁੰਮ ਕੇ ਘੁੰਮ ਕੇ ਘੁੰਮ ਕੇ ਵੀਰੇ, ਕੱਲੀ ਉਂਗਲੀ ਦੇ ਮਾੜਾ ਰੱਖਣਾ ਬਚਾਓ, ਕੱਲੀ ਉਂਗਲੀ ਨਾ, ਵਾਹ ਵੀ ਵਾਹ, ਸ਼ਾਬਾਸ਼ 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 ਬੱਚਾ ਯਾ ਸੱਪ ਦਾ, ਬੱਚਾ ਜ਼ਿਆਦਾ ਜ਼ਹਿਰੀ ਹੁੰਦਾ, ਥੋੜ੍ਹਾ ਸਾਈਡ 'ਤੇ ਰਹੋ, ਕੋਈ ਨਹੀਂ ਤੁਸੀਂ ਬੱਚੇ ਵਾਲਾਂ ਦੇਖੋ ਤਾਂ ਕੁਸ਼ਤੀ ਦੇਖੋ ਭਲਵਾਨਾਂ ਦੀ, ਭਲਵਾਨਾਂ ਦੀ ਕੁਸ਼ਤੀ ਦੇਖੋ ਬਾਈ, ਸਾਰਿਆਂ ਧਿਆਨ ਜਿਹੜਾ ਇੱਧਰ ਹੀ ਹੋ ਗਿਆ ਉਹ ਜਾਣ ਦਿਓ ਭਰਾ, ਆ ਬੈਠ ਜਾ ਬਾਬਾ ਸਕੀਨ ਕਾਦਰੀ, ਬਹਿ ਜਾ ਯਾਰ ਇੱਥੇ ਲਾਈਵ ਵਾਲੇ ਕੈਮਰੇ ਤੋਂ ਮੂਹਰੇ ਤਾਂ ਬੈਠ ਜਾਓ ਪਲੀਜ਼, ਆ ਬੈਠ ਜਾ ਮੇਰੇ ਵੀਰਾ, ਵਾਹ ਵੀ ਵਾਹ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਬਹੁਤ ਵਧੀਆ ਕੁਸ਼ਤੀ ਇਸ ਸਮੇਂ ਵੀਰੇ ਘੁੰਮ ਕੇ ਗੱਗੀ ਵੀਰੇ ਘੁੰਮ ਕੇ ਮਾੜੇ ਜੇ ਘੁੰਮਦੇ ਰਹੋ, ਰੈਫਰੀ ਜਿਹੜਾ ਲਾਈਵ ਵਾਲਾ ਕੈਮਰਾ ਉੱਥੋਂ ਘੁੰਮ ਫਿਰ ਕੇ, ਕੋਈ ਨਾ ਕੋਈ ਨਾ ਕੋਈ ਨਾ, ਵਾਹ ਬਾਈ ਵਾਹ, ਸ਼ਾਬਾ ਸ਼ਾਬਾ ਸ਼ਾਬਾ, ਉਹ ਦਰਸ਼ਕੋ ਲਾਓ ਫਿਰ ਇੱਕ ਵਾਰ ਫੇਰ ਤਾੜੀਆਂ ਜ਼ੋਰਦਾਰ, ਰੋੜਾ ਰਪਾਪਾ ਆ ਗਏ, ਕੁਸ਼ਤੀ ਵੱਡੀ ਹੈ, ਉਹ ਕੁਸ਼ਤੀ ਵੱਡੀ ਹੈ, ਸਮੇਂ ਦੀਆਂ ਬਾਤਾਂ, ਕੌਣ ਜਿੱਤਦਾ ਕੌਣ ਹਰਦਾ ਨੌਜਵਾਨਾਂ ਦਰਮਿਆਨ, ਕਹਿੰਦਾ ਸੀਣੀ ਕੁੱਖੋਂ ਜੰਮਿਆ ਬੱਬਰ ਸ਼ੇਰ ਹੀ ਬਣਦਾ ਹੈ, ਉਹ ਕੋਬਰੇ ਨਗ ਦਾ ਬੱਚਾ ਵੱਡਾ ਹੋ ਕੇ ਫਣ ਹੀ ਤਣਦਾ ਹੈ, ਬਾਜਾਂ ਤੋਂ ਬਾਜ ਹੀ ਜੰਮਦੇ ਨਾ ਕਿ ਬੱਚੇ ਕਾਮਾਂ ਦੇ, ਜਿੰਦ ਸਵਾਰਿਆ ਕੁਸ਼ਤੀ ਲੜਦੇ ਪੁੱਤ ਪੰਜਾਬਣ ਮਾਵਾਂ ਦੇ, ਉਹ ਜਿੰਦ ਸਵਾਰਿਆ ਕੁਸ਼ਤੀ ਲੜਦੇ
ਪੁੱਤ ਪੰਜਾਬਣ ਮਾਵਾਂ ਦੇ ਲਓ ਭੁਪਿੰਦਰ ਦੇ ਨਾਰੇ ਫਗਵਾੜੇ ਵਾਲਾ ਪਿੱਤ ਬਾਲ ਹੈ ਵਾਕਿਆ ਦੁਨੀਆਂ ਦੇ ਚਹੇਤੇ ਮੰਨ ਲੈ ਔਰ ਸ਼ੇਰੇ ਬਾਈ ਇੱਧਰ ਆਇਓ ਮਾੜਾ ਜਿਹਾ ਮਿਲੋ ਬਈ ਭਰਾ ਕਹਿੰਦੇ ਵੀ ਸਮਾਂ ਜਿਹੜਾ ਹੋ ਗਿਆ ਪੰਜ ਮਿੰਟ ਵਾਲਾ ਆਇਓ ਮਾੜਾ ਜਿਹਾ ਇੱਧਰ ਮਿਲਿਓ ਆ ਕੇ ਹੈਲੋ ਜੇਕਰ ਇਹ ਕੁਸ਼ਤੀ ਬਰਾਬਰ ਰਹਿ ਜਾਂਦੀ ਆ ਕਿਸੇ ਵੀ ਸਿੱਟੇ 'ਤੇ ਨਹੀਂ ਪਹੁੰਚਦੀ ਤਾਂ ਦੋਨਾਂ ਪਹਿਲਵਾਨਾਂ ਨੂੰ 21,000 ਰੁਪਇਆ ਦੇ ਕੇ ਫਰਕ ਕਰ ਦਿੱਤਾ ਜਾਵੇਗਾ ਇਹ ਕਮੇਟੀ ਦਾ ਫੈਸਲਾ ਆ ਅਟਲ ਫੈਸਲਾ ਹੈ ਇਸ ਨੂੰ ਕਿਸੇ ਵੀ ਕੀਮਤ 'ਤੇ ਬਦਲਿਆ ਨਹੀਂ ਜਾਵੇਗਾ ਹੈਲੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਉਹ ਅਖਾੜੇ ਦੇ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰਨ ਇਹ ਜ਼ਰੂਰੀ ਬੇਨਤੀ ਹੈ ਦਰਸ਼ਕ ਨੂੰ ਹੱਥ ਜੋੜ ਕੇ ਸ਼ੇਰਾ ਪ੍ਰਧਾਨ ਜੀ ਪਲਾਨ ਜੀ ਪੁਆਇੰਟ ਜਲਦੀ ਤੋਂ ਜਲਦੀ ਸ਼ੁਰੂ ਕਰਾਓ ਪਲਾਨ ਜੀ ਦੋਨੋਂ ਵੱਲ ਸੁਣਿਓ ਇਹ ਪੁਆਇੰਟ ਕਹਿੰਦੇ ਜੀ ਪੁਆਇੰਟ ਪ੍ਰਬੰਧਕ ਮਾੜਾ ਕਰੋ ਸਮਰਕ ਜੀ ਦੋਨੇ ਵੱਲ ਪੁਆਇੰਟ ਕਹਿ ਰਹੇ ਹਾਂ ਜੀ ਇਹ ਠੀਕ ਹੈ ਜੀ ਚਲੋ ਜੀ ਪੁਆਇੰਟ ਜਿਹੜਾ ਹੋਣ ਲੱਗਿਆ ਗੁਸਤੀ ਦਾ
ਹੋਰ ਉਹਨੂੰ ਆਤਿਆ ਬਾਈ ਕਮੇਟੀ ਮੈਂਬਰਾਂ ਨੇ ਜਿਹੜੇ ਉਹ ਹੀ ਖੜੇ ਦੇ ਵਿੱਚ ਰਹਿਣ, ਬਾਕੀ ਵੀਰ ਮੇਰੇ ਨਾ ਆਉਣ। ਹਾਂ ਕਮੇਟੀ ਮੈਂਬਰਾਂ ਨੇ ਫੈਸਲਾ ਲੈ ਲਿਓ। ਸਵੇਰੇ ਵੀਰ ਜੋ ਵੀ ਡਿਸੀਜਨ ਹੈ ਮੈਨੂੰ ਜਲਦੀ ਨਾਲ ਕਲੀਅਰ ਕਰ ਦਿਓ। ਪਹਿਲਵਾਨ ਕਹਿੰਦੇ ਵੀ ਹੈਲੋ ਪੁਆਇੰਟ ਸ਼ੇਰੇ ਵੀਰੇ, ਸ਼ੇਰੇ ਵੀਰ ਨਾਮ ਕਹਿੰਦੇ ਵੀ ਦਿੱਤੇ ਜਾਣਗੇ। ਸ਼ੇਰੇ ਮੜਾ ਮੇਰਾ ਸਵਾਲ, ਬਾਹਰ ਦਾ ਭਲਵਾਨ ਅਖਾੜੇ ਦੇ ਵਿੱਚ ਕੋਈ ਨਾ ਆਵੇ, ਉਹ ਕਿਰਪਾ ਕਰਕੇ ਅਖਾੜੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇ ਬਾਹਰ ਦਾ ਭਲਵਾਨ। ਭਲਵਾਨ ਜੀ 5 ਮਿੰਟ ਦਾ ਕਹਿੰਦੇ ਟਾਈਮ ਆ ਪੁਆਇੰਟਾਂ ਦੇ ਜੀ। ਬਾਈ ਬਾਕੀ ਘੁੰਮ ਕੇ ਫਿਰ ਕੇ ਘੁੰਮ ਕੇ ਹੈਲੋ ਕਮੇਟੀ ਦਾ ਫੈਸਲਾ ਕਰਾ ਦੋ ਭਾਜੀ ਫਿਰ। ਬਈ ਬਾਕੀ ਵੀਰ ਤਾਂ ਬਾਹਰ ਆਓ ਯਾਰ, ਫੇਰ ਹੀ ਹੋਣਾ ਪੁਆਇੰਟ ਵਗੈਰਾ। ਬਈ ਬਾਕੀ ਮੇਰੇ ਵੀਰ ਪਲੀਜ਼ ਅਖਾੜਾ ਕਲੀਅਰ ਸ਼ੇਰੇ ਵੀਰੇ ਕਰ ਦਿਓ ਸਾਰੇ। ਉਹ ਤਾਂ ਸਾਡੇ ਚੇਅਰਮੈਨ ਸਾਹਿਬ ਕਹਿੰਦੇ ਵੀ ਬਾਹਰੋਂ ਪਰਿਵਾਰ ਵਾਲਿਆਂ ਨੇ ਫੋਨ ਕੀਤਾ ਵੀ ਇਨਾਮ ਜਿਹੜਾ ਨਹੀਂ ਰੱਖਣਾ, ਇਨਾਮ ਮੱਲਾਂ ਨੂੰ ਦੇ ਦੇਣਾ, ਜੋ ਵੀ ਫੈਸਲਾ ਇੱਥੇ ਕਰ ਲਿਓ। ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਦਾ ਜਿਹਨਾਂ ਨੇ, ਕਿਉਂਕਿ ਦਰਸ਼ਕ ਵੀਰੋ ਬਾਹਰ ਖੜ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਆ ਯੁੱਗ ਹੋ ਗਿਆ ਸਾਰਾ ਸਾਰਾ ਦਿਨ ਸਰੀਰ ਨਹੀਂ ਲੋਟ ਆਉਂਦਾ ਜੇ ਇੱਕ ਵਾਰ ਜ਼ੋਰ ਇੰਨਾ ਲੱਗ ਜਾਂਦਾ। ਇਹ ਹਿਸਾਬ ਦਾ ਲਾ ਲਓ ਵੀ ਬੜਾ ਜ਼ੋਰ ਲੱਗਦਾ, ਪਤਾ ਨਹੀਂ ਕਿੰਨੇ ਕੁ ਜਿਹੜੇ ਮਸਲਾ ਟੁੱਟ ਜਾਂਦੇ ਆ ਕੁਸ਼ਤੀ ਦੇ ਵਿੱਚ ਪਹਿਲਵਾਨਾਂ ਦੇ। ਉਧਰ ਸ਼ੇਰਾ ਕਹਿੰਦਾ ਵੀ ਅਗਲੇ ਸਾਲ ਵੀ ਭੁਪਿੰਦਰ ਤੇ ਪ੍ਰਿਤਪਾਲ ਹੀ ਬੁੱਕ ਕਰਦੇ ਹੋ ਕਹਿੰਦੇ।
ਇੱਕ ਵਾਰ ਲਾ ਤਾੜੀਆਂ ਫਿਰ ਨਤੀਜੇ ਅਗਲੇ ਸਾਲ ਲੈ ਲਾਂਗੇ ਕਹਿੰਦੇ ਜੇ ਇਸ ਵਾਰ ਕੋਈ ਕਸਰ ਰਹਿ ਗਈ ਹੈ ਤਾਂ ਅਗਲੇ ਸਾਲ ਕੱਢ ਦਾਂਗੇ ਸ਼ੇਰਾ ਕਹਿੰਦਾ ਹਾਂਜੀ ਇਹ ਫੈਸਲਾ ਦੱਸਿਓ ਵੀ ਤਿੰਨ ਮਿੰਟ ਦਾ ਟਾਈਮ ਹੈ ਔਰ ਇੱਕ ਪੁਆਇੰਟ ਸਰ ਤਿੰਨ ਮਿੰਟ ਦੇ ਵਿੱਚ ਓਹੋ ਬੱਲੇ 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 ਤੇ ਇਸ ਕੁਸ਼ਤੀ ਦੇ ਵਿੱਚੋਂ ਪ੍ਰਿਤਪਾਲ ਪਹਿਲਵਾਨ ਜਿਹੜਾ ਪੁਆਇੰਟ ਤੇ ਜਿੱਤੂ ਆ ਜੈ ਕਾਰਾ ਗੁੱਗਾ ਯਾਰ ਬੀਜ ਦਾ ਬੋਲ ਸੱਚਾ ਦਰਬਾਰ ਕੀ ਜੈ ਪੰਮਾ ਠੇਕੇਦਾਰ ਤੇ ਗੱਗੀ ਗਰੀਸ ਵੀਰ ਕਹਿੰਦੇ ਵੀ ਅਗਲੇ ਸਾਲ ਜਿਹੜੀ ਮੁੰਦਰੀ ਹੈ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਰੀ ਸੰਗਤ ਦਾ ਪਹਿਲਵਾਨ ਵੀਰਾਂ ਦਾ ਇੱਕ ਵਾਰ ਸਮਾਪਤੀ ਦਾ ਜਕਾਰਾ ਕਰੀਏ ਕਿ ਸਾਰੀ ਸੰਗਤ ਨੇ ਸਾਂਝ ਪਾਉਣੀ ਹੈ ਅਨੌਸਰ ਸਾਹਿਬ ਅਨੌਸਰ ਸਾਹਿਬ ਦੋ ਮਿੰਟ ਲਈ ਚੁੱਪ ਹੁਣ ਸਾਡੇ ਹਲਕੇ ਦੇ ਹਲਕਾ ਇੰਚਾਰਜ ਮਾਸਟਰ ਜੀ ਦੋ ਮਿੰਟ ਲਈ ਸੰਗਤਾਂ ਨੂੰ ਸੰਬੋਧਨ ਕਰਨਗੇ ਮੈਂ ਅੱਜ ਮੀਰਪੁਰ ਜੱਟਾਂ ਦੀ ਜਿਹੜੀ ਛਿੰਝ ਕਮੇਟੀ ਆ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਜਿਹੜਾ ਪਹਿਲਵਾਨ ਪ੍ਰਿਤਪਾਲ ਫਗਵਾੜਾ ਉਹਨੂੰ ਵੀ ਵਧਾਈ ਦਿੰਦਾ ਔਰ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਕਿ ਇੱਦਾਂ ਹੀ ਸਾਡੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਰਹਿਣ ਔਰ ਸਾਡੀ ਸਾਰਿਆਂ ਦੀ ਬਣੀ ਰਹੇ ਧੰਨਵਾਦ
ਹੈਲੋ ਹੈਲੋ ਬਾਈ, ਇੱਕ ਬੇਨਤੀ ਹੈ, ਜੇ ਕਿਸੇ ਵੀਰ ਨੇ ਝੋਟੀ ਲੈਣੀ ਹੈ ਤਾਂ ਉਹ ਕਮਲਜੀਤ ਭਲਵਾਨ ਜੀ ਨਾਲ ਸਟੇਜ ਦੇ ਲਈ ਸੰਪਰਕ ਕਰ ਲਿਓ, ਵਿਜੇ ਬਾਬਰ ਨਾਲ ਸੰਪਰਕ ਕਰ ਲਿਓ, ਦੋਨੇ ਭਲਵਾਨ ਇੱਥੇ ਆ ਜਾਣਗੇ ਸਟੇਜ ਦੇ ਕੋਲ, ਜੇ ਕਿਸੇ ਵੀਰ ਨੇ ਝੋਟੀ ਲੈਣੀ ਆ। ਹਾਂ ਕਿੱਥੇ? ਹਾਂ ਮੈਕੀ ਵੀਰ ਵੀ ਸੰਪਰਕ ਬਣਾਵੇ, ਮੈਕੀ ਵੀਰ ਇੱਥੇ ਵਾਸ ਹੁੰਦਾ, ਸਟੇਜ ਦੇ ਕੋਲ ਆ ਜਾਓ ਜੇ ਕਿਸੇ ਵੀਰ ਨੇ ਝੋਟੀ ਖਰੀਦਣੀ ਹੈ। ਕਮਲਜੀਤ ਭਲਵਾਨ ਜੀ ਖੜੇ ਆ, ਵਿਜੇ ਬਾਬਰ ਖੜੇ ਆ, ਉਹਨਾਂ ਨਾਲ ਸੰਪਰਕ ਕਰ ਲਿਓ। ਟੀਵੀ 3269-77 ਗੱਡੀ ਆ, ਸਾਈਡ ਤੇ ਕਰ। ਵੀਰੇ ਨੋਟ ਕਰ ਲਿਓ, ਕਹਿੰਦੇ ਟੀਵੀ 3269-77 ਮੋਟਰਸਾਈਕਲ ਦੇ ਵਿੱਚ ਜਿਹੜਾ ਨਾਗ ਦੇਵਤਾ ਪ੍ਰਵੇਸ਼ ਹੋ ਗਿਆ ਉਹਦੇ ਵਿੱਚ, ਮਾੜਾ ਸੀਡੀ ਡੀਲਕਸ ਉਹ ਮੋਟਰਸਾਈਕਲ ਵੀਰ ਦੇਖ ਕੇ ਚੱਕਿਓ ਮਾੜਾ ਜਿਹਾ। ਹਾਂ ਸੀਟ ਦੇ ਥੱਲੇ ਉੱਥੇ ਕਹਿੰਦੇ ਬਾਬਾ ਵੜ ਕੇ ਬਹਿ ਗਿਆ,